ਅੱਜ ਦਾ ਜੋ ਟੌਪਿਕ ਹੈ ਨਿਊਲੀ ਕਿਊ ਕਾਰਡ ਐਡ ਹੋਇਆ ਜਿਸ ਦੇ ਵਿੱਚ ਤੁਸੀਂ ਸਰਪ੍ਰਾਈਜ਼ਡ ਹੋਏ ਹੋਵੋ ਕਿਸੇ ਚੀਜ਼ ਤੋਂ ਸਮਥਿੰਗ ਦੈਟ ਸਰਪ੍ਰਾਈਜ਼ਡ ਯੂ ਸੋ ਇਹਦੇ ਵਿੱਚ ਪਹਿਲਾਂ ਕੁਝ ਵਕੈਬਵਰਡਸ ਦੱਸੇ ਜਾਣਗੇ ਉਸਦੇ ਨਾਲ ਹੀ ਸੈਂਟੈਂਸ ਬਣਾਏ ਜਾਣਗੇ ਪਲੱਸ ਫੋਲੋਅਪਸ ਦੱਸੇ ਜਾਣਗੇ ਆਈਡੀਆ ਸ਼ੇਅਰ ਕੀਤਾ ਜਾਊਗਾ ਤੁਹਾਡੇ ਨਾਲ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਕਿਊ ਕਾਰਡ ਨੂੰ ਇਲੈਬੋਰੇਟ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ ਮੈਂ ਹਰਪਿੰਦਰ ਕੌਰ ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ ਅੱਜ ਦਾ ਜੋ ਟੌਪਿਕ ਹੈ ਡਿਸਕ੍ਰਾਈਬ ਸਮਥਿੰਗ ਦੈਟ ਸਰਪ੍ਰਾਈਜ਼ਡ ਯੂ ਠੀਕ ਹੈ ਕਿਸੇ ਚੀਜ਼ ਨੇ ਤੁਹਾਨੂੰ ਬਹੁਤ ਜ਼ਿਆਦਾ ਸਰਪ੍ਰਾਈਜ਼ ਕੀਤਾ ਯੂ ਸ਼ੁੱਡ ਸੇ ਵਟ ਇਟ ਇਜ਼ ਉਹ ਕੀ ਹੈ ਕੀ ਸੀ ਕਹਿੰਦੇ ਹਾਓ ਯੂ ਫਾਊਂਡ ਆਊਟ ਅਬਾਊਟ ਇਟ ਤੁਸੀਂ ਕਿੱਦਾਂ ਫਾਈਂਡ ਆਊਟ ਕੀਤਾ ਉਹਨੂੰ ਵਟ ਯੂ ਡਿਡ ਤੁਸੀਂ ਕੀ ਕੀਤਾ ਐਂਡ ਐਕਸਪਲੇਨ ਵੇਦਰ ਇਟ ਮੇਡ ਯੂ ਹੈਪੀ ਅਤੇ ਕਿੱਦਾਂ ਤੁਹਾਨੂੰ ਇਸਨੇ ਹੈਪੀ ਕੀਤਾ ਜਾਂ ਨਹੀਂ ਕੀਤਾ ਸੋ ਵਕੈਬਵਰਡਸ ਕਰਦੇ ਹਾਂ ਫਸਟ ਇਜ਼ ਡਿਲਾਈਟ ਡਿਲਾਈਟਫੁੱਲ ਹੁੰਦਾ ਬਹੁਤ ਵਧੀਆ ਐਕਸਪੀਰੀਅੰਸ ਡਿਲਾਈਟਫੁੱਲ ਐਕਸਪੀਰੀਅੰਸ ਵੰਡਰਫੁੱਲ ਐਕਸਪੀਰੀਅੰਸ ਸੈਕਿੰਡ ਹੈ ਇੰਟਾਇਰਲੀ ਟੋਟਲੀ ਥਰਡ ਹੈ ਜੀ ਅਮਿਡ ਸੱਚ ਫੈਸਟੀਵਿਟੀ ਮਤਲਬ ਕਿ ਜਿਹੜਾ ਵੀ ਇਹ ਸਰਪ੍ਰਾਈਜ਼ ਸੀ ਉਹਨੂੰ ਮੈਂ ਬਹੁਤ ਵਧੀਆ ਧੂਮਧਾਮ ਤਰੀਕੇ ਨਾਲ ਲਾਈਕ ਉਹਨੂੰ ਇੰਜੋਏ ਕੀਤਾ ਮਨਾਇਆ ਨੈਕਸਟ ਹੈ ਮਾਰਵਲਸ ਵੰਡਰਫੁੱਲ ਠੀਕ ਹੈ ਪਲੈਜ਼ੈਂਟ ਪਲੈਜ਼ੈਂਟ ਹੁੰਦਾ ਬਹੁਤ ਵਧੀਆ ਸੈਵਰਲ ਬਹੁਤ ਜ਼ਿਆਦਾ ਮੈਨੀ ਨਿਊਮਰਸ ਸੈਵਨਥ ਹੈ ਹਾਈਲੀ ਰਿਲੇਟਿਡ ਬਹੁਤ ਹੈਪੀ ਹੋਣਾ ਐਕਸਟ੍ਰੀਮਲੀ ਹੈਪੀ ਏਟਥ ਹੈ ਜੀ ਫੋਕਸ ਪੀਪਲ ਨੂੰ ਹੀ ਕਿਹਾ ਜਾਂਦਾ ਮਾਸਿਸ ਨਾਈਨਥ ਹੈ ਕੁਆਇਟ ਕਰੂਸ਼ਲ ਬਹੁਤ ਜ਼ਿਆਦਾ ਇੰਪੋਰਟੈਂਟ ਕੁਆਇਟ ਹੁੰਦਾ ਕਾਫੀ ਨੈਕਸਟ ਕੁਆਇਟ ਇੱਕ ਹੁੰਦਾ ਕਿਊ ਯੂ ਆਈ ਈ ਟੀ ਉਹ ਵਾਲਾ ਹੁੰਦਾ ਕਾਮ ਪੀਸਫੁੱਲ ਨੈਕਸਟ ਹੈ ਟੈਂਥ ਅਨਡਿਟੈਕਟਡ ਜੋ ਕੁਛ ਫਾਈਂਡ ਹੀ ਨਾ ਹੋ ਸਕੇ ਲਾਈਕ ਜਿਹਨੂੰ ਆਪਾਂ ਯੂਜ਼ ਹੀ ਨਾ ਕਰਿਆ ਹੋਵੇ ਸੋ ਇਹ ਕਲੀਅਰ ਹੋ ਜੂਗਾ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਵਰਡ ਸੋ ਸਟਾਰਟਿੰਗ ਕਰਦੇ ਹਾਂ ਨੋ ਡਾਊਟ ਕਹਿੰਦੇ ਸਰਪ੍ਰਾਈਜ਼ ਐਂਡ ਗੁੱਡ ਨਿਊਜ਼ ਆਲਵੇਜ਼ ਡਿਲਾਈਟ ਆ ਪਰਸਨ ਐਂਡ ਬ੍ਰਿੰਗ ਆ ਹਿਊਜ ਸਮਾਈਲ ਔਨ ਦੇਅਰ ਫੇਸ ਕਹਿੰਦੇ ਸਰਪ੍ਰਾਈਜ਼ ਅਤੇ ਗੁੱਡ ਨਿਊਜ਼ ਹਮੇਸ਼ਾ ਕਹਿੰਦੇ ਡਿਲਾਈਟ ਕਰਦੀਆਂ ਨੇ ਪਰਸਨ ਨੂੰ ਖੁਸ਼ ਕਰਦੀਆਂ ਨੇ ਅਤੇ ਉਹਨਾਂ ਦੇ ਫੇਸ 'ਤੇ ਬਹੁਤ ਸਮਾਈਲ ਆ ਜਾਂਦੀ ਆ ਵੱਡੀ ਸਮਾਈਲ ਆ ਜਾਂਦੀ ਆ ਦੋ ਦੇਅਰ ਹੈਵ ਬਿਨ ਮੈਨੀ ਸਰਪ੍ਰਾਈਜ਼ਿੰਗ ਮੂਮੈਂਟਸ ਇਨ ਮਾਈ ਲਾਈਫ ਮੇਰੀ ਲਾਈਫ 'ਚ ਬਹੁਤ ਸਾਰੀਆਂ ਸਰਪ੍ਰਾਈਜ਼ਿੰਗ ਮੂਮੈਂਟਸ ਆਈਆਂ ਨੇ ਬਟ ਵਨ ਦੈਟ ਆਈ ਐਮ ਗੋਇੰਗ ਟੂ ਸ਼ੇਅਰ ਹੇਅਰ ਇਜ਼ ਦਾ ਸਰਪ੍ਰਾਈਜ਼ ਵਿਚ ਵਾਜ਼ ਇੰਟਾਇਰਲੀ ਅਨਐਕਸਪੈਕਟਡ ਜੋ ਹੁਣ ਮੈਂ ਇੱਥੇ ਸ਼ੇਅਰ ਕਰਨ ਜਾ ਰਹੀ ਹਾਂ ਕਹਿੰਦੇ ਉਹ ਤਾਂ ਮੈਂ ਐਕਸਪੈਕਟ ਹੀ ਨਹੀਂ ਸੀ ਕੀਤਾ ਉਮੀਦ ਹੀ ਨਹੀਂ ਸੀ ਲਗਾਈ ਬਿਲਕੁਲ ਹੀ ਆਸ ਹੀ ਨਹੀਂ ਸੀ ਲਾਸਟ ਈਅਰ ਮਾਈ ਕਲਾਸਮੇਟਸ ਐਂਡ ਫਰੈਂਡਸ ਸੈਲੀਬ੍ਰੇਟਿਡ ਮਾਈ ਬਰਥਡੇ ਐਂਡ ਇਟ ਵਾਜ਼ ਅ ਪਲੈਜ਼ੈਂਟ ਸਰਪ੍ਰਾਈਜ਼ ਫਾਰ ਮੀ ਮੇਰੀ ਕਲਾਸ ਫਰੈਂਡਸ ਨੇ ਕਹਿੰਦੇ ਮੇਰੇ ਲਈ ਫਰੈਂਡਸ ਨੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਅਤੇ ਇੱਕ ਮੇਰੇ ਲਈ ਹਿਊਜ ਸਰਪ੍ਰਾਈਜ਼ ਸੀ ਨਨ ਆਫ ਦੈਮ ਸ਼ੋਡ ਦਾ ਸਲਾਈਟੈਸਟ ਹਿੰਟ ਦੈਟ ਦੇ ਵਰ ਗੋਇੰਗ ਟੂ ਸੈਲੀਬ੍ਰੇਟ ਦਾ ਡੇ ਕਿਸੇ ਨੇ ਮੈਨੂੰ ਛੋਟਾ ਜਿਹਾ ਵੀ ਹਿੰਟ ਨਹੀਂ ਲਾਈਕ ਲੱਗਣ ਦਿੱਤਾ ਜਿਵੇਂ ਆਪਾਂ ਕਹਿ ਦਈਏ ਮੈਨੂੰ ਥੋੜ੍ਹਾ ਜਿਹਾ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਮੇਰਾ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਨੇ ਮੋਰਓਵਰ ਦੇ ਬਰੋਟ ਆ ਬਰਥਡੇ ਕੇਕ ਇਨ ਦਾ ਕਲਾਸ ਕਹਿੰਦੇ ਉਹ ਬਰਥਡੇ ਕੇਕ ਲਿਆਏ ਕਲਾਸ 'ਚ ਐਟ ਫਸਟ ਆਈ ਡਿਡ ਨੋਟ ਅੰਡਰਸਟੈਂਡ ਦੈਟ ਦਾ ਕੇਕ ਵਾਜ਼ ਬੋਟ ਫਾਰ ਮੀ ਕਹਿੰਦੇ ਮੈਨੂੰ ਨਹੀਂ ਸਮਝ ਆਇਆ ਵੀ ਇਹ ਕੇਕ ਮੇਰੇ ਲਈ ਸੀ ਬਟ ਵੈਨ ਦੇ ਅਨਪੈਕ ਦਾ ਕੇਕ ਐਂਡ ਆਸਕਡ ਮੀ ਟੂ ਬਲੋਅ ਆਊਟ ਦਾ ਕੈਂਡਲਸ ਕਹਿੰਦੇ ਜਦੋਂ ਉਹਨਾਂ ਨੇ ਅਨਪੈਕ ਕੀਤਾ ਅਤੇ ਮੈਨੂੰ ਕੈਂਡਲਸ ਬਲੋਅ ਆਊਟ ਕਰਨ ਲਈ ਕਿਹਾ ਆਈ ਵਾਜ਼ ਰੀਅਲੀ ਸਰਪ੍ਰਾਈਜ਼ਡ ਤਾਂ ਮੈਂ ਟੋਟਲੀ ਸਰਪ੍ਰਾਈਜ਼ ਹੋ ਗਈ ਦੇ ਆਲਸੋ ਬਰੋਟ ਸਮ ਲਾਈਟ ਸਨੈਕਸ ਫੋਰ ਐਵਰੀ ਵਨ ਇਨ ਦਾ ਕਲਾਸ ਉਹ ਕੁਛ ਸਨੈਕਸ ਵੀ ਲਿਆਏ ਸੀ ਸਾਰੀ ਕਲਾਸ ਦੇ ਲਈ ਮੈਂ ਕੀ ਕੀਤਾ ਕਹਿੰਦੇ ਆਈ ਕੱਟ ਦਾ ਕੇਕ ਐਂਡ ਡਿਸਟ੍ਰੀਬਿਊਟਰ ਦਾ ਕੇਕ ਟੂ ਆਲ ਮਾਈ ਕਲਾਸਮੇਟਸ ਮੈਂ ਕੇਕ ਨੂੰ ਕੱਟ ਕੀਤਾ ਅਤੇ ਉਹਨੂੰ ਡਿਸਟ੍ਰੀਬਿਊਟ ਕੀਤਾ ਈਵਨ ਤੁਸੀਂ ਇਹ 'ਚ ਇਹ ਵੀ ਕਹਿ ਸਕਦੇ ਆਈ ਡਿਡ ਲੋਟ ਆਫ ਐਕਟੀਵਿਟੀਜ਼ ਠੀਕ ਹੈ ਇੰਜੋਇਮੈਂਟ ਦੇ ਲਈ ਕੀਤੀਆਂ ਇਨਫੈਕਟ ਆਈ ਹੈਵ ਨੈਵਰ ਸੈਲੀਬ੍ਰੇਟਡ ਮਾਈ ਬਰਥਡੇ ਅਮਿਡ ਸੱਚ ਫੈਸਟੀਵਿਟੀ ਮੈਂ ਕਦੇ ਵੀ ਇੱਦਾਂ ਆਪਣਾ ਬਰਥਡੇ ਸੈਲੀਬ੍ਰੇਟ ਨਹੀਂ ਸੀ ਕੀਤਾ ਵੈਨ ਆਈ ਐਮ ਹੋਮ ਕਹਿੰਦੇ ਜਦੋਂ ਮੈਂ ਘਰ ਹੁੰਦੀ ਸੀ ਮਾਈ ਮਦਰ ਪ੍ਰਿਪੇਅਰ ਆ ਕੇਕ ਫੋਰ ਮੀ ਐਟ ਹੋਮ ਐਂਡ ਸਮਟਾਈਮਸ ਸ਼ੀ ਆਲਸੋ ਇਨਵਾਈਟਸ ਆਰ ਰੈਲੇਟਿਵਸ ਉਹ ਘਰ ਕੇਕ ਪ੍ਰਿਪੇਅਰ ਕਰਦੇ ਸੀ ਅਤੇ ਕੁਝ ਰੈਲੇਟਿਵਸ ਨੂੰ ਬੁਲਾਉਂਦੇ ਸੀ ਬਟ ਦਿਸ ਟਾਈਮ ਇਟ ਵਾਜ਼ ਇੰਟਾਇਰਲੀ ਡਿਫਰੈਂਟ ਐਂਡ ਅਨਯੂਜੁਅਲ ਫੋਰ ਮੀ ਇਹ ਕਹਿੰਦੇ ਇੰਟਾਇਰਲੀ ਡਿਫਰੈਂਟ ਸੀਗਾ ਬਿਲਕੁਲ ਹੀ ਟੋਟਲੀ ਅਤੇ ਇਹ ਕਹਿੰਦੇ ਇਹ ਕੀ ਸੀ ਅਨਯੂਜੁਅਲ ਕਾਮਨ ਨਹੀਂ ਸੀ ਇਹ ਮੇਰੇ ਲਈ ਇਸੇ ਲਈ ਮੈਂ ਇੰਨਾ ਜ਼ਿਆਦਾ ਸਰਪ੍ਰਾਈਜ਼ ਹੋਈ ਆਈ ਡਿਡ ਨੋਟ ਹੈਵ ਦਾ ਆਈਡੀਆ ਦੈਟ ਦਾ ਕੇਕ ਵੁੱਡ ਬੀ ਆ ਲਾਰਜ ਵਨ ਮੈਨੂੰ ਇਹ ਵੀ ਆਈਡੀਆ ਨਹੀਂ ਸੀ ਵੀ ਕੇਕ ਇੰਨਾ ਵੱਡਾ ਹੋਊਗਾ ਮੋਰਓਵਰ ਦਾ ਅਟਰੈਕਟਿਵ ਪ੍ਰੈਜੈਂਟਸ ਫਰੋਮ ਮਾਈ ਕਲਾਸਮੇਟਸ ਅਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਨੇ ਮੈਨੂੰ ਗਿਫਟਸ ਦਿੱਤੇ ਪ੍ਰੈਜੈਂਟਸ ਦਿੱਤੇ ਐਂਡ ਫਰੈਂਡਸ ਆਲਸੋ ਸਰਪ੍ਰਾਈਜ਼ਡ ਮੀ ਅਤੇ ਉਹਨਾਂ ਨੇ ਮੈਨੂੰ ਮੇਰੇ ਫਰੈਂਡਸ ਨੇ ਮੈਨੂੰ ਜੋ ਸਰਪ੍ਰਾਈਜ਼ ਦਿੱਤਾ ਆਈ ਵਾਜ਼ ਫੀਲਿੰਗ ਲੱਕੀ ਵੈਨ ਐਵਰੀ ਵਨ ਆਫ ਦੈਮ ਸਟਾਰਟਡ ਸਿੰਗਿੰਗ ਦਾ ਬਰਥਡੇ ਸੌਂਗ ਸੋ ਕਹਿੰਦੇ ਮੈਨੂੰ ਬਹੁਤ ਲੱਕੀ ਫੀਲ ਹੋਇਆ ਉਸ ਟਾਈਮ ਬਹੁਤ ਵਧੀਆ ਫੀਲ ਹੋਇਆ ਜਦੋਂ ਸਭ ਨੇ ਮੇਰੇ ਲਈ ਸੌਂਗ ਗਾਇਆ ਬਰਥਡੇ ਸੌਂਗ ਸੋ ਟੂ ਬੀ ਆਨੈਸਟ ਇਟ ਵਾਜ਼ ਦਾ ਬੈਸਟ ਬਰਥਡੇ ਆਫ ਮਾਈ ਲਾਈਫ ਇੱਕ ਲਾਈਕ ਮੇਰੇ ਲਈ ਬੈਸਟ ਬਰਥਡੇ ਸੀ ਆਈ ਥੈਂਕ ਦੈਮ ਆਲ ਫੋਰ ਦਾ ਮਾਰਵਲਸ ਅਰੇਂਜਮੈਂਟ ਅਤੇ ਮੈਂ ਉਹਨਾਂ ਦਾ ਧੰਨਵਾਦ ਕਰ ਰਹੀ ਹਾਂ ਜਿਨ੍ਹਾਂ ਨੇ ਮੇਰੇ ਲਈ ਇਹ ਅਰੇਂਜਮੈਂਟ ਕੀਤੀ ਸੋ ਇਹ ਸਰਪ੍ਰਾਈਜ਼ ਸੀ ਜੋ ਮੈਨੂੰ ਮਿਲਿਆ
ਫੋਲੋਅਪਸ ਨੇ ਜੀ ਇਸਦੇ, ਵਟ ਆਰ ਦਾ ਥਿੰਗਸ ਦੈਟ ਮੇਡ ਯੂ ਫੀਲ ਹੈਪੀ, ਕਿਹੜੀਆਂ ਕਿਹੜੀਆਂ ਥਿੰਗਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ? ਕਹਿੰਦੇ ਦੇਰ ਆਰ ਸੈਵਰਲ ਥਿੰਗਸ ਦੈਟ ਮੇਕ ਮੀ ਹਾਈਲੀ ਇਲੇਟਿਡ, ਜੋ ਮੈਨੂੰ ਖੁਸ਼ ਕਰਦੇ ਨੇ, ਸੱਚ ਐਜ਼ ਵਾਈਲ ਆਈ ਲਰਨ ਸਮਥਿੰਗ ਨਿਊ, ਜਦੋਂ ਮੈਂ ਕੁਛ ਨਿਊ ਸਿੱਖਦੀ ਹਾਂ, ਆਈ ਐਮ ਹੈਪੀ, ਵੈਨ ਐਨੀਬਡੀ ਇੰਜੋਇਜ਼ ਮਾਈ ਵਰਕ, ਜਦੋਂ ਕੋਈ ਮੇਰਾ ਕੰਮ ਇੰਜੋਏ ਕਰਦਾ ਹੈ, ਆਈ ਫੀਲ ਜੋਏਫੁਲ, ਫਰਦਰ ਮੋਰ ਆਈ ਫਾਈਂਡ ਹੈਪੀਨੈਸ ਇਨ ਟਾਈਨੀ ਥਿੰਗਸ, ਟਾਈਨੀ ਥਿੰਗਸ, ਛੋਟੀਆਂ ਛੋਟੀਆਂ ਚੀਜ਼ਾਂ 'ਚ ਵੀ ਮੈਂ ਕਹਿੰਦੇ ਖੁਸ਼ੀ ਲੱਭ ਲੈਂਦੀ ਹਾਂ। When folks around me are happy, I feel happy. ਜਦੋਂ ਮੇਰੇ ਆਲੇ ਦੁਆਲੇ ਲੋਕ ਹੈਪੀ ਹੁੰਦੇ ਤਾਂ ਮੈਂ ਵੀ ਹੈਪੀ ਫੀਲ ਕਰਦੀ ਹਾਂ। ਸੋ ਇਹਦੀ ਪ੍ਰੋਨੰਸੀਏਸ਼ਨ ਟਾਈਨੀ ਹੈ, ਸਮੋਲ, ਇਹ ਰੀਡਿੰਗ 'ਚ ਵੀ ਵਰਡ ਆਉਂਦਾ, ਟੀਨੀ ਨਹੀਂ ਹੈਗੀ, ਇਹਦੀ ਪ੍ਰੋਨੰਸੀਏਸ਼ਨ ਇਜ਼ ਟਾਈਨੀ। ਨੈਕਸਟ ਹੈ ਹਾਓ ਵੁੱਡ ਯੂ ਡਿਫਾਈਨ ਹੈਪੀਨੈਸ, ਤੁਸੀਂ ਹੈਪੀਨੈਸ ਕਿੱਦਾਂ ਡਿਫਾਈਨ ਕਰਦੇ ਹੋ? ਸੋ ਮੇਰੇ ਅਕੋਰਡਿੰਗ ਹਰੇਕ ਦੇ ਪਰਸਨ ਦੇ ਲਈ ਹੈਪੀਨੈਸ ਦੇ ਅਲੱਗ ਹੋਇਆ ਸਟੇਜ ਆ। ਫੋਰ ਮੀ ਪਰਸਨਲੀ ਇਟਸ ਹੈਵਿੰਗ ਦਾ ਫਰੀਡਮ, ਆਜ਼ਾਦੀ ਆ, ਐਂਡ ਓਪਰਚੁਨਿਟੀ ਟੂ ਡੂ ਵਟ ਆਈ ਵਾਂਟ, ਜੋ ਮੈਂ ਕਰਨਾ ਚਾਹੁੰਦੀ ਹਾਂ। I don't need to have a lot of material things to be happy. ਮੈਨੂੰ ਜ਼ਿਆਦਾ ਮਟੀਰੀਅਲਿਸਟਿਕ ਥਿੰਗਸ ਦੀ ਜ਼ਰੂਰਤ ਨਹੀਂ ਹੁੰਦੀ ਹੈਪੀ ਹੋਣ ਦੇ ਲਈ, ਬਟ ਦਾ ਫਰੀਡਮ ਟੂ ਚੂਜ਼ ਵਟ ਆਈ ਡੂ, ਬਟ ਆਜ਼ਾਦੀ ਦੀ ਜ਼ਰੂਰਤ ਆ। ਸੋ ਵੈਨ ਆਈ ਡੂ ਇਟ ਐਂਡ ਹਾਓ ਆਈ ਡੂ ਇਟ ਇਜ਼ ਕੁਆਇਟ ਕਰੂਸ਼ਲ, ਮੈਂ ਕਦੋਂ ਕਰਦੀ ਹਾਂ, ਕਿਵੇਂ ਕਰਦੀ ਹਾਂ, ਸੋ ਦੈਟਸ ਵਟ ਮੇਕਸ ਮੀ ਹੈਪੀ, ਇਹ ਮੇਰੇ ਲਈ ਹੈਪੀਨੈਸ ਦੀ ਇੱਕ ਡੈਫੀਨੇਸ਼ਨ ਆ। ਸੋ ਹਰੇਕ ਪਰਸਨ ਦੀ ਹੈਪੀਨੈਸ ਦੀ ਹਰੇਕ ਅਲੱਗ ਡੈਫੀਨੇਸ਼ਨ ਆ। ਸੋ ਸਟੇਜ ਆਫ ਮਾਈਂਡ ਹੈ ਆਪਾਂ ਕਹਿ ਦਿੰਦੇ ਹਾਂ ਜਿਵੇਂ। ਥਰਡ ਹੈ ਜੀ, ਡੂ ਯੂ ਥਿੰਕ ਆਰਟਿਸਟਿਕ ਐਕਟੀਵਿਟੀਜ਼ ਕੈਨ ਮੇਕ ਪੀਪਲ ਹੈਪੀ, ਜਿਹੜੀਆਂ ਆਰਟਿਸਟਿਕ ਐਕਟੀਵਿਟੀਜ਼ ਹੁੰਦੀਆਂ ਆਰਟ ਦੇ ਰਿਲੇਟਡ, ਜਿਵੇਂ ਡਾਂਸ ਹੋ ਗਿਆ, ਪੇਂਟ ਹੋ ਗਿਆ, ਜਾਂ ਕੋਈ ਵੀ ਐਕਟੀਵਿਟੀਜ਼ ਕਹਿੰਦੇ, ਉਹਨਾਂ ਨੂੰ ਹੈਪੀ ਫੀਲ ਕਰਦੇ ਆ? ਯੈਸ, ਆਰਟਿਸਟਿਕ ਐਕਸ਼ਨਸ ਡੂ ਮੇਕ ਪੀਪਲ ਹੈਪੀ, ਦੀਜ ਐਕਟੀਵਿਟੀਜ਼ ਅਮਿਊਜ਼ ਪੀਪਲ, ਲਾਈਕ ਉਹਨਾਂ ਨੂੰ ਖੁਸ਼ੀ ਪ੍ਰੋਵਾਈਡ ਕਰਦੀਆਂ ਨੇ, ਐਂਡ ਗਿਵ ਰਿਲੀਫ ਫਰੋਮ ਦਾ ਟੈਂਸ਼ਨ ਐਂਡ ਸਟਰੇਨ ਆਫ ਡੇ ਟੂ ਡੇ ਲਾਈਫ, ਅਤੇ ਉਹਨਾਂ ਦੀ ਸਟਰੈੱਸ ਹੈ ਜਿਹੜਾ ਦੂਰ ਕਰਦੀਆਂ ਨੇ। ਤੁਸੀਂ ਐਗਜ਼ਾਮਪਲ ਦੇਣਾ ਚਾਹੁੰਦੇ, ਇੱਥੇ ਐਗਜ਼ਾਮਪਲ ਵੀ ਦੇ ਸਕਦੇ ਹੋ। ਫੋਰਥ ਹੈ ਜੀ, ਡੂ ਯੂ ਥਿੰਕ ਪੀਪਲ ਹੂ ਹੈਵ ਮੋਰ ਟੈਲੈਂਟ ਆਰ ਹੈਪੀਅਰ ਦੈਨ ਅਦਰਸ, ਤੁਹਾਨੂੰ ਕੀ ਲੱਗਦਾ ਜਿਹੜੇ ਲੋਕਾਂ 'ਚ ਜ਼ਿਆਦਾ ਟੈਲੈਂਟ ਹੁੰਦਾ ਉਹ ਜ਼ਿਆਦਾ ਖੁਸ਼ ਹੁੰਦੇ ਨੇ ਦੂਜਿਆਂ ਨਾਲੋਂ? ਹੈਪੀਨੈਸ ਇਜ਼ ਅ ਸਟੇਟ ਆਫ ਮਾਇੰਡ, ਦੇਖੋ ਹੈਪੀਨੈਸ ਨੂੰ ਦੇਖਣ ਦਾ, ਖੁਸ਼ੀ ਫੀਲ ਕਰਨ ਦਾ ਹਰੇਕ ਦਾ ਅਲੱਗ ਨਜ਼ਰੀਆ ਹੈ। ਸਮ ਵਨ ਹੂ ਹੈਜ਼ ਨੋ ਟੈਲੈਂਟ ਮੇ ਫਾਈਂਡ ਹੈਪੀਨੈਸ ਇਨ ਦਾ ਟੈਲੈਂਟ ਆਫ ਅਦਰਸ, ਜਿਸ ਪਰਸਨ 'ਚ ਕੋਈ ਟੈਲੈਂਟ ਨਹੀਂ ਹੁੰਦਾ ਉਹ ਦੂਸਰਿਆਂ ਦੇ ਟੈਲੈਂਟ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਵੇਅਰ ਐਜ਼ ਅ ਟੈਲੈਂਟਡ ਪਰਸਨ ਮੇ ਬੀ ਅਨਹੈਪੀ, ਕਈ ਵਾਰ ਕਹਿੰਦੇ ਜਿਹੜਾ ਫੁੱਲ ਆਫ ਸਕਿੱਲਫੁੱਲ ਪਰਸਨ ਹੁੰਦਾ ਉਹ ਵੀ ਖੁਸ਼ੀ ਨਹੀਂ, ਲਾਈਕ ਉਹਨੂੰ ਖੁਸ਼ੀ ਨਹੀਂ ਹੁੰਦੀ, ਕਿਉਂ ਖੁਸ਼ੀ ਨਹੀਂ ਹੁੰਦੀ? ਕਹਿੰਦੇ ਇਫ ਹਿਜ਼ ਗਿਫਟ ਗੋਜ਼ ਅਨਡਿਟੈਕਟਡ, ਜਿਹੜੇ ਉਹਦੇ ਸਕਿੱਲ ਆ ਉਹ ਜਦੋਂ ਯੂਜ਼ ਹੀ ਨਾ ਹੋਣ, ਜਦੋਂ ਉਹਨੇ ਆਪਣੀ ਜਿਹੜੀ ਲਾਈਕ ਸਕਿੱਲਸ ਨੇ ਉਹ ਯੂਜ਼ ਹੀ ਨਾ ਕਰੇ, ਤਾਂ ਕਈ ਵਾਰ ਕਹਿੰਦੇ ਉਹਨੂੰ ਉਸ ਟਾਈਮ ਖੁਸ਼ੀ ਨਹੀਂ ਮਿਲਦੀ। ਸੋ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਟੈਲੈਂਟਡ ਪਰਸਨ ਆ ਉਹ ਜ਼ਿਆਦਾ ਖੁਸ਼ ਹੈ, ਜਿਹੜਾ ਨਹੀਂ ਟੈਲੈਂਟਡ ਉਹ ਘੱਟ ਖੁਸ਼ ਆ। ਸੋ ਇਹ ਡਿਪੈਂਡ ਨਹੀਂ ਕਰਦਾ, ਠੀਕ ਹੈ, ਇਹ ਡਿਪੈਂਡ ਕਰਦਾ ਕਿਸ ਤਰ੍ਹਾਂ ਦੀ ਤੁਹਾਡੀ ਥਿੰਕਿੰਗ ਹੈ, ਡਿਪੈਂਡ ਔਨ ਥਿੰਕਿੰਗ, ਠੀਕ ਹੈ। ਠੀਕ ਹੈ ਫਰੈਂਡਸ, ਇਹ ਸੀ ਅੱਜ ਦਾ ਟੋਪਿਕ। ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ, ਬਾਏ ਬਾਏ, ਟੇਕ ਕੇਅਰ।